ਮਰਦੋਸਮਰੀ ਦਾ ਕੰਮ ਕਰਨਾ ਕਿਹੜਾ ਸੌਖਾ ਆ ਹੈ ਐਨੇ ਨਿਆਣੇ ਕਾਕਾ ਤੂੰ ਚੌਂਕੜੀ ਮਾਰੋ ਤੇਰੇ ਕੱਛਾ ਪਾਟ ਆ ਇਹਨੂੰ ਕਿਵੇਂ ਪੜਕਿਆ ਪੂਰੀ ਛੱਪੀ ਜਾ ਅੱਛਾ ਰਾਟਾ ਨਾ ਕਰਿਆ ਕੋਲੋਂ ਤੁਸੀਂ ਹੋਰ ਬਜ਼ੁਰਗੋ ਕੀ ਹਾਲ ਚਾਲ ਹੈ ਹਾਂਜੀ ਠੀਕ ਆ ਆ ਜੋ ਬਹਿ ਜਾ ਮੈਂ ਅਸਲ ਤੇ ਮਰਦੋਸਮਰੀ ਵੱਲ ਆਇਆ ਅੱਛਾ ਅੱਛਾ ਆਪਣਾ ਨਾਮ ਕੀ ਹੈ ਮੇਰਾ ਨਾਮ ਤੱਲੀ RAM ਤੱਲੀ RAM ਤੁਹਾਡੀ ਘਰਵਾਲੀ ਦਾ ਨਾਮ ਕੀ ਹੈ ਉਈ ਨਲੀ ਛੱਪ ਕਰ ਕੀ ਕਹਿੰਦਾ ਉਹ ਤੁਹਾਡੀ ਘਰਵਾਲੀ ਦਾ ਨਾਮ ਕੀ ਹੈ ਅਕਰਬਾਜੀ ਦਾ ਨਾਂ ਜਗਜੀਤੀ 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 ਵਿਚਾਰੀ ਚਲ ਗਈ ਦੁਨੀਆ ਤੋਂ ਅੱਛਾ ਇਹ ਬੰਦਾ ਕਿੱਥੇ ਮੁੜ ਕੇ ਆਉਂਦਾ ਲੇਟ ਜਗਜੀਤੀ ਨਾ 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 ਉਹ ਲੇਟ ਦੀ ਕੱਢੇ ਹੋਈ ਉਹ ਡੋਰਪਿਆਲੀ ਕੰਕ ਲੈਣ ਨੂੰ ਵੀ ਨਾ ਲੈਣ ਤੇ ਪਹਿਲੇ ਨੰਬਰ ਤੇ ਖੜੀ ਹੁੰਦੀ ਸੀ ਲੇਟ ਦੀ ਕੱਢੀ ਹੋਈ ਚਲੋ ਛੱਡੋ ਇਹ ਦੱਸੋ ਕਿ ਤੁਹਾਡੇ ਬੱਚੇ ਕਿੰਨੇ ਆ ਬੱਚੇ ਆ ਸਾਹਮਣੇ ਆ ਗਿਣ ਲਾਓ ਹੈ ਨਹੀਂ ਨਹੀਂ ਇਹ ਤਾਂ ਹਾੜਵਾਰ ਦੇ ਬੱਚੇ ਹੋਣੇ ਆ ਤੁਹਾਡੇ ਆਪਣੇ ਬੱਚੇ ਕਿੰਨੇ ਆ ਉਹ ਨਹੀਂ ਪੜਾਵਾ ਇਹ ਸਾਰੇ ਮੇਰੇ ਨਿਆਰੇ ਆ ਇਹ ਸਾਰੇ ਨਿਆਨੇ ਤੁਹਾਡੇ ਆ ਆਹੋ ਉਹ ਕਿਵੇਂ ਅੱਡਾ ਛਲ ਗੱਲ ਐਡਾ ਆ ਮੇਰੇ ਨਾਲ ਔਲਾਦ ਨਹੀਂ ਹੁੰਦੀ ਸੀ ਮੈਨੂੰ ਕਿਸੇ ਨੇ ਕਿਹਾ ਤੂੰ ਬਾਬੇ ਕੋਲ ਜਾ ਤੇ ਉਤੋਂ ਫਲ ਝੋਲੀ ਪਵਾ ਤੇਰੇ ਬੱਚੇ ਹੋ ਜੂ ਮੈਂ ਬਾਬੇ ਕੋਲ ਚਲੇ ਗਿਆ ਉਹ ਫਿਰ ਬਾਬੇ ਨੇ ਕੀ ਕੀਤਾ ਉਹਨਾਂ ਕਾਹਨਾ ਕਿਸੇ ਪਟੰਡਨ ਨੇ ਚੱਕ ਕੇ ਅੰਗੂਰਾਂ ਦਾ ਗੁੱਛਾ ਝੋਲੀ ਪਾਟਾ